ਕੀ ਕਹਿੰਦੇ ਥਾਰ 'ਚ ਸਮਾਨ ਨਹੀਂ ਆਉਂਦਾ, ਚੈੱਕ ਕਰੋ, ਇੱਕ ਟੈਚੀ, ਦੋ ਟੈਚੀ ਐਂਡ ਮਿੰਨੀ ਗੋਆ। ਇਹ ਪਿੱਛੇ ਰੈਸਟੋਰੈਂਟ ਬਹੁਤ ਸੋਹਣਾ ਆ, 295 ਰਜ਼ੋਈ ਨੂੰ ਜੀ ਕਿਤੇ ਸਾਫ ਕਰਦਾ। ਪੰਜਾਬ ਦੀ ਚੱਲਦੀ ਗਰਮੀ 'ਚ ਅਸੀਂ ਪਹੁੰਚ ਗਏ ਜੀ ਪਹਾੜਾਂ ਦੇ ਵਧੀਆ ਸ਼ਹਿਰ। ਸਾਲਾਂ ਬਾਅਦ ਮਾਹੌਲ ਦੇਖਿਆ ਹੈ, 8 ਸਾਲ ਬਾਅਦ। ਚਲੋ ਭੀੜ ਚਾਨਣੀ ਅਤੇ ਰਾਤ ਮਹਿਰ ਮਾ ਇਹਨਾਂ ਸ਼ਹਿਰਾਂ ਲਈ ਬਣਿਆ ਆ। ਵੈਸੇ ਦੇਖੋ ਕਿੱਦਾਂ ਤਾਰਿਆਂ ਵਾਂਗੂ ਚਮਕਦਾ ਸ਼ਹਿਰ। ਇਹਨੂੰ ਨਾ ਆਖਾਂ ਜੋਈ ਛੋਟਾ ਬੀਬੀ ਆ, ਅਸੀਂ ਜਾ ਰਹੇ ਹਾਂ, ਇੱਕ ਸਰਪ੍ਰਾਈਜ਼ ਹੋਊਗਾ, ਲਾਸਟ ਵਿੱਚ ਦੱਸਾਂਗੇ ਵੀਡੀਓ। ਗੁੱਡ ਮਾਰਨਿੰਗ ਟੂ ਆਲ ਆਫ ਯੂ। ਹੋਰ ਸੁਣਾਓ ਕਿਵੇਂ ਹੋ ਜੀ? ਪੱਗ ਬੰਨ੍ਹ ਕੇ ਸਰਦਾਰ ਹੋਣੀ ਹੋ ਗਏ ਰੈਡੀ। ਅਤੇ ਅੱਜ ਤੁਹਾਨੂੰ ਦੱਸਿਆ ਸੀਗਾ ਕਿ ਅੱਜ ਆਪਾਂ ਆਪਣਾ ਟ੍ਰਿਪ ਸ਼ੁਰੂ ਕਰ ਰਹੇ ਹਾਂ ਇੱਕ ਬਹੁਤ ਵਧੀਆ ਡੈਸਟੀਨੇਸ਼ਨ 'ਤੇ। ਅਤੇ ਆਪਾਂ ਵੈਸੇ ਥਾਰ ਥੂਰ ਕੱਲ੍ਹ ਧਵਾ ਲਈ ਸੀਗੀ, ਪਰ ਕੱਲ੍ਹ ਮੀਂਹ ਪੈ ਗਿਆ ਅਤੇ ਪਰ ਸਾਫ਼ ਸੀਗੀ ਗੱਡੀ, ਉੱਦਾਂ ਮਿੱਟੀ ਘੱਟਾ ਘੱਟ ਟੁੱਟਿਆ, ਪਰ ਹਨੇਰੀ ਰਾਤੀ ਬੜੀ ਆਈ ਅਤੇ ਫਸਲਾਂ ਦਾ ਬਹੁਤ ਨੁਕਸਾਨ ਹੋਇਆ। ਅਤੇ ਆਓ ਸਫ਼ਰ ਕਰੀਏ ਸ਼ੁਰੂ। ਅਤੇ ਅਰਜ਼ੋਈ ਕਿੱਥੇ ਗਏ? ਇੱਧਰ ਆਓ ਬਾਬੂ। ਬਾਬੂ ਕੀ ਕਰਦਾ? ਚਲੀਏ ਹੁਣ ਫਿਰ। ਚਲੋ ਜੀ, ਪੋਲੋ ਲਾਵਾਂਗੇ ਆਪਾਂ ਭੋਗਪੁਰ। ਅਤੇ ਮੁੰਡਾ ਸਾਡਾ ਗਿਆ ਹੋਇਆ ਮਾੜਾ ਜਿਹਾ ਕੰਮ ਇੱਕ, ਅਤੇ ਗੱਡੀ ਭੋਗਪੁਰ ਬੰਨਿਆ ਥਾਰ ਦੇ ਵਿੱਚ। ਅਤੇ ਆਹ ਟਾਈਮ ਹੋ ਗਿਆ ਨੀਅਰ ਅਬਾਊਟ 1 ਵੱਜ ਗਿਆ। ਅਤੇ ਚਲੋ ਚੱਲਦੇ ਹਾਂ, ਆਹ ਦੇਖੋ ਪੰਗੇ ਕਿੱਦਾਂ ਲੈਂਦੀ ਆ। ਪੰਗੇ ਵਾਲੇ ਬਾਬੂ ਰੈਡੀ ਸ਼ੈਡੀ ਹੋ ਗਏ ਸੀਗੇ? ਬਾਬੂ ਬਹੁਤ ਸੋਹਣਾ ਬਣਿਆ ਬਾਬੂ ਤਾਂ, ਲਾਈਟਾਂ ਵਾਲੇ ਸੈਂਡਲ ਪਾ ਕੇ ਬਣਿਆ। ਹੱਥ ਫਿਰੋ। ਚਲੋ ਓ ਓ ਵਾਹ ਓ, ਚਲੋ 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 ਚਲੋ, ਵਾਹ ਵਾਹ। ਚਲੋ ਜੀ, ਚਲੋ ਚਲੋ, ਕਾਰ 'ਚ ਬੈਠੋ, ਕਾਰ 'ਚ ਜਲਦੀ ਕਾਰ 'ਚ ਬੈਠੋ ਬਾਬੂ। ਤੁਹਾਨੂੰ ਕਿਹਾ ਸੀ ਕਾਰ 'ਚ ਬੈਠੋ, ਤੁਸੀਂ ਭੱਜ ਗਏ। ਮੈਂ ਨਹੀਂ ਲੈ ਕੇ ਜਾਣਾ ਹੁਣ, ਬਾਬੂ ਨਹੀਂ ਲੈ ਕੇ ਜਾਣਾ, ਬਾਬੂ ਲੈ ਕੇ ਜਾਣਾ, ਬਾਬੂ ਨੇ ਜਾਣਾ। ਓ ਪਾਪਾ ਦਾ ਬੱਚਾ ਚੜ ਗਿਆ। ਓ ਚੜ ਗਿਆ ਬਾਬੂ। ਚਲੀਏ ਬਾਬੂ। ਚਲੋ ਸਾਰਿਆਂ ਨੂੰ ਗੁੱਡ ਮਾਰਨਿੰਗ ਕੀਤੀ ਨਹੀਂ ਤੁਸੀਂ, ਬਾਏ ਕਿੱਦਾਂ ਕਰਦਾ ਬੇਬੀ? ਸਾਰਿਆਂ ਨੂੰ ਬਾਏ। ਗੁੱਡ ਫਲਾਇੰਗ ਕਿਸ ਵੀ ਕਰਦੇ? ਫਲਾਇੰਗ ਕਿਸ ਵੀ ਕਰਨੀ ਆਉਂਦੀ ਬਾਬੂ ਨੂੰ? ਬਾਬੂ ਸਾਡਾ ਬਹੁਤ ਸਿਆਣਾ ਹੋ ਗਿਆ। ਸਿਆਣਾ ਹੋ ਗਿਆ ਕਿ ਕਿੱਦਾਂ ਹੋ ਗਿਆ? ਓ ਟੀ ਕਿੱਦਾਂ ਜਾਂਦੇ? ਟੀ ਇੱਦਾਂ ਜਾਂਦਾ? ਓ ਚਲੋ ਫਿਰ ਬਾਏ ਕਰ ਦਿਓ, ਬਾਏ ਕਰੀਏ। ਪਾਪਾ ਨੂੰ ਕਿਸ ਨਹੀਂ ਕੀਤੀ ਤੁਸੀਂ? ਆਪਣੇ ਆਪਣੇ ਸਾਰੇ ਫਰੈਂਡਸ ਨੂੰ ਤਾਂ ਬਾਏ ਕਰਦੇ, ਉਹਨਾਂ ਨੂੰ ਤਾਂ ਕੀਤੀ ਨਹੀਂ ਬਾਬੂ। ਓ ਕੀ ਕਹਿੰਦੇ ਥਾਰ 'ਚ ਸਮਾਨ ਨਹੀਂ ਆਉਂਦਾ, ਚੈੱਕ ਕਰੋ, ਇੱਕ ਟੈਚੀ, ਦੋ ਟੈਚੀ ਐਨ ਪੂਰੇ ਟੈਚੀਆਂ ਨਾਲ ਭਰੀ ਪਈ ਥਾਰ ਆਪਾਂ। ਅਤੇ ਟ੍ਰਿਪ ਰੈਡੀ ਆਪਾਂ ਕਰ ਰਹੇ ਹਾਂ ਬ੍ਰਿਸਟਾ ਤੋਂ ਸਟਾਰਟ, ਕੌਫੀ ਸ਼ੌਫੀ ਲਈ ਆਪਾਂ ਪੀ। ਅਤੇ ਗੱਡੀ ਹੁਣ ਮੈਂ ਚੱਲਾਂ ਸੀਗਾ ਖੜੀ ਕਰਨ। ਚੱਲ ਮੇਰੇ ਭਾਈ, 1:30 ਵੱਜ ਗਿਆ ਇੱਥੇ, ਅਤੇ ਪਲੈਨ ਸੀਗਾ 1 ਵਜੇ ਦਾ ਨਿਕਲ। ਆਪਣਾ ਪੇਟੀਐਮ ਵਾਲਾ ਜਿਹੜਾ ਟੈਗ ਸੀਗਾ ਉਹ ਤਾਂ ਐਕਸਪਾਇਰ ਹੋ ਗਿਆ, ਪੇਟੀਐਮ ਬੰਦ ਬੁੰਦ ਹੋ ਗਿਆ, ਅਤੇ ਆਪਾਂ ਏਅਰਟੈੱਲ ਦਾ ਹੁਣ ਟੈਗ ਲਵਾ ਰਹੇ ਹਾਂ ਇੱਥੇ। ਅਤੇ ਏਅਰਟੈੱਲ ਹੀ ਵਧੀਆ ਵੈਸੇ, ਬਾਕੀ ਬੈਂਕ ਬੁੰਕ ਨਾਲ ਕਈ ਅਟੈਚ ਹੋ ਜਾਂਦੇ ਆ, ਅਤੇ ਕਿਉਂਕਿ ਉਹ ਤੋਂ ਬਿਨਾਂ ਜਿਹੜਾ ਆ ਬਹੁਤ ਜ਼ਿਆਦਾ ਮਹਿੰਗਾ ਪੈਂਦਾ, ਡਬਲ ਟੋਲ ਦੇਣਾ ਪੈਂਦਾ, ਸੋ ਇਸ ਕਰਕੇ ਇੱਥੋਂ ਲਵਾਇਆ ਆਪਾਂ ਬਾਈ। ਇਹ ਜੇ ਖਰਾਬ ਹੋ ਜਾਵੇ ਫਿਰ ਦੁਬਾਰਾ ਬਣ ਜਾਂਦਾ ਇਹ? ਗੁੱਡ ਬੰਦੇ। ਉਹ ਬਾਬੂ ਚਲੋ ਪਿੱਛੇ ਪਿੱਛੇ, ਚਲੋ ਰਜ਼ੋਈ ਚਲੋ ਪਿੱਛੇ ਚਲੀਏ ਫਿਰ। ਇਹ ਨਹੀਂ ਲੈਣੇ ਹਾਲੇ, ਕਿਉਂ ਨਹੀਂ ਜਾਣਾ ਫਿਰ? ਮੇਰੇ ਮਾਮੂ ਕਹਿੰਦਾ ਉੱਤਰ ਜਾ ਇੱਥੇ। ਨਵਾਂ ਫਾਸਟ ਟਰੈਕ ਚੱਲੂ ਕਿ ਬੇਇੱਜ਼ਤੀ ਕਰਾਊ?
ਚੱਲਦਾ ਯਾਰ। ਓ ਵਾਹ ਵੀ ਵਾਹ, ਨਾ ਨਹੀਂ ਲਿਖਿਆ ਯਾਰ 800। ਲੱਗ ਪਈ ਰੋਣ ਤੇ ਡਰਾਈਵਰ ਚੇਂਜ। ਓ ਕਹਿਤੀ ਕੀ ਬਣਿਆ ਫਿਰ? ਮਿੰਨੀ ਗੋਆ। ਕਾਫੀ ਪਾਣੀ ਇਕੱਠਾ ਆ ਵੈਸੇ ਨਾ, ਉਹ ਪਰੇ ਵੀ ਆ ਉਹ ਬਹੁਤ। ਚਾਰ ਵੱਜ ਗਏ ਆ, ਗੱਡੀ ਕਰ ਲਈ ਅਸੀਂ ਇੱਥੇ ਪਾਰਕ, ਅਤੇ ਇਹ ਪਿੱਛੇ ਰੈਸਟੋਰੈਂਟ ਬਹੁਤ ਸੋਹਣਾ ਆ, 295 ਰੈਸਟੋਰੈਂਟ, ਅਤੇ ਆਓ ਮੈਂ ਤੁਹਾਨੂੰ ਦਿਖਾਉਣਾ ਕਿਹੋ ਜਿਹਾ ਰੈਸਟੋਰੈਂਟ ਆ ਇਹ। ਬਹੁਤ ਵਧੀਆ ਆ, ਕੀ ਆ ਜੀ ਆਪਣੇ ਨਾਰੀਅਲ ਪਾਣੀ, ਅਤੇ ਬਹੁਤ ਸੋਹਣਾ ਰੈਸਟੋਰੈਂਟ ਬਣਿਆ ਹੋਇਆ। ਇਹ ਜਦੋਂ ਪਠਾਨਕੋਟ ਤੋਂ ਆਪਾਂ ਡਲਹੌਜੀ ਵਾਲੇ ਰਸਤੇ 'ਚੋਂ ਜਾਂਦੇ ਹਾਂ, ਗੋਆ ਮਿੰਨੀ ਗੋਆ ਨੰਘ ਨੂੰਘ ਕੇ, ਅਤੇ ਅੱਗੇ ਇੱਦਾਂ ਜਿਹਾ ਰੈਸਟੋਰੈਂਟ ਆ। ਇਹ ਆਪਣੇ ਸਰਦਾਰ ਭਾਈਆਂ ਦਾ ਰੈਸਟੋਰੈਂਟ ਆ, ਬੜਾ ਵਧੀਆ। ਅਤੇ ਰਸੋਈ ਇੱਥੇ ਆ ਗਿਆ ਬਾਬੂ। ਰਸੋਈ ਕੀ ਖਾਓਗੇ? ਕੀ ਖਾਓਗੇ ਰਸੋਈ? ਉਹ ਕੈਟ ਮਾਊ। ਰਸੋਈ ਨੂੰ ਅੰਕਲ ਮਾਰਦੇ ਆ ਤੈਨੂੰ ਪਤਾ। ਉਹ ਕੀ ਖਾਣਾ ਸੀਗਾ ਬਾਬੂ ਨੇ? ਨੋਜੀ ਕਿਤੇ ਸਾਫ਼ ਕਰਦਾ ਦੱਸ, ਨੋਜੀ ਕਿਤੇ ਸਾਫ਼ ਕਰਦਾ ਰਸੋਈ, ਨੋਜੀ ਕਿਤੇ ਸਾਫ਼ ਕਰਦਾ। ਓਏ ਨੋਜ ਬਣਾਉਂਦਾ ਕਿੱਦਾਂ? ਚੱਲ ਟੀਥ ਕਿੱਥੇ? ਟੀਥ ਰਸੋਈ ਦੇ ਟੀਥ ਇੱਥੇ ਦੱਸ, ਮੈਨੂੰ ਦੱਸ ਟੀਥ ਕਿੱਥੇ ਆ? ਟੀਥ ਰੋਲ ਯੂਰ ਹੈਂਡ, ਰੋਲ ਯੂਰ ਹੈਂਡ। ਮੂਡ ਨਹੀਂ ਹੈਗਾ ਇਸ ਟਾਈਮ ਕੁਛ ਕਰਨ ਦਾ, ਹੈ ਨਾ? ਭੁੱਖ ਲੱਗੀ ਹੈ, ਪਹਿਲਾਂ ਖਵਾਓ ਕੁਛ, ਚਾਰਜ ਕਰੋ, ਫਿਰ ਆਪਾਂ ਸੋਚਾਂ ਵਿਚਾਰ ਕਰਾਂਗੇ। ਐਪ ਆ ਇਹ ਥੋੜ੍ਹੀ ਪੀਦਾ ਹੁੰਦਾ ਵੀ, ਇਹਨਾਂ ਨੇ ਤਾਂ ਆਪਣੇ ਨਾ ਵਾਸ਼ਰੂਮ ਵੀ ਬੜੇ ਵਧੀਆ ਬਣਾਏ ਯਾਰ, 295 ਵਾਲਿਆ। ਬਹੁਤ ਸੋਹਣਾ ਰੈਸਟੋਰੈਂਟ ਬਣਾਇਆ ਆਪਣੇ ਪੰਜਾਬੀ ਭਰਾ ਦਾ ਇਹ। ਪਠਾਨਕੋਟ ਡਲਹੌਜੀ ਰੋਡ ਦੂਈ ਦੇਰਾ। ਉਹ ਦੂਈ ਕਿੰਨੇ ਸੋਹਣੇ ਨਿਊਡਲਸ ਖਾਣੇ ਤੁਸੀਂ? ਰਾਈਸ ਹੀ ਰਾਈਸ ਕਰਤੇ ਸਾਰੇ। ਲੈ ਇੱਕ ਬਾਬੂ। ਓ ਚੱਲ ਥੈਂਕ ਯੂ ਕਰਦੇ ਫਿਰ ਰਸੋਈ, ਥੈਂਕ ਯੂ ਕਰਦੇ। ਇਹ ਭਾਅ ਜੀ ਓਨਰ 295 ਢਾਬੇ ਦੇ, ਬਹੁਤ ਵਧੀਆ ਰੈਸਟੋਰੈਂਟ ਆ। ਜਦੋਂ ਆਪਾਂ ਪਠਾਨਕੋਟ ਤੋਂ ਆਉਂਦੇ ਹਾਂ ਨਾ ਆਪਣੇ ਡਲਹੌਜੀ ਵਾਲੇ ਰਸਤੇ, ਅਤੇ ਮਿੱਢ 'ਚ ਆਉਂਦੇ ਭਾਈ ਦਾ, ਉਹ ਟੇਸਟ ਬਹੁਤ ਵਧੀਆ, ਫੂਡ ਬਹੁਤ ਵਧੀਆ ਭਾਅ ਜੀ ਉਹਨਾਂ ਦਾ, ਰੇਟ ਵੀ ਜਾਇਆ ਜਾਂਦਾ ਆਪਣੇ ਸਰਦਾਰ ਭਾਈ ਬੰਦੇ, ਜਦੋਂ ਕੋਈ ਰੈਸਟੋਰੈਂਟ ਹੁੰਦਾ ਤਾਂ ਆਪਾਂ ਨੂੰ ਉੱਦਾਂ ਖੁਸ਼ੀ ਹੁੰਦੀ ਹੈ। ਧੰਨਵਾਦ ਭਾਅ ਜੀ, ਮਿਲਦੇ ਹਾਂ। ਓਕੇ, ਥੈਂਕ ਯੂ, ਥੈਂਕ ਯੂ। ਚਲੋ ਚੱਲੀਏ ਦੋਈ, ਚਲੋ ਚਲੋ ਦੋ। ਪੰਜਾਬ ਦੀ ਚੱਲਦੀ ਗਰਮੀ 'ਚ ਅਸੀਂ ਪਹੁੰਚ ਗਏ ਜੀ ਪਹਾੜਾਂ ਦੇ ਵਧੀਆ ਸ਼ਹਿਰ ਡਲਹੌਜੀ ਵਿੱਚ, ਅਤੇ ਹੁਣ ਦਿਖਾਵਾਂਗੇ ਤੁਹਾਨੂੰ ਡਲਹੌਜੀ ਦੇ ਘੈਂਟ ਘੈਂਟ ਵਿਊ। ਬਣੇ ਰਹੋ ਵਲੌਗ ਦੇ ਐਂਡ ਤੱਕ, ਜਿਨ੍ਹਾਂ ਵੀਰ ਭਰਾਵਾਂ ਨੇ ਹਾਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਕਰ ਲਿਓ, ਕਿ ਆਪਾਂ ਘੈਂਟ ਜਿਹੇ ਵਲੌਗ ਪਾਉਂਦੇ ਰਹਿੰਦੇ ਹਾਂ। ਲਓ ਜੀ ਰਸੋਈ ਪਹੁੰਚ ਗਈ ਹੈ, ਰਸੋਈ ਰਸੋਈ ਕਿੱਥੇ ਪਹੁੰਚਿਆ? ਡਲਹੌਜੀ ਡੋਜੀ ਡੋਜੀ ਕਲੈਪਿੰਗ। ਮਜ਼ਾ ਆਇਆ ਸੀਗਾ ਰਸੋਈ ਨੂੰ? ਮਜ਼ਾ ਆਇਆ ਸੀ। ਇਹ ਆ ਜੀ ਮੇਰੀ ਯੂਟਿਊਬਰ ਪਾਰਟਨਰ ਰਸੋਈ ਕੌਰ, ਮੇਰਾ ਬੱਚਾ। ਉਹ ਕਿੱਥੇ, ਕਿੰਨੀਆਂ ਸੋਹਣੀਆਂ ਸਾਊਂਡਸ ਆਉਂਦੀਆਂ, ਉਹ ਸਾਊਂਡਸ ਕਿੰਨੀਆਂ ਸੋਹਣੀਆਂ ਆਉਂਦੀਆਂ ਨਾ।
ਓ ਵਾਓ ਰਜ਼ਵੀ ਕਿੱਥੋਂ ਆਉਂਦੀਆਂ? ਉੱਥੋਂ ਆਉਂਦੀਆਂ ਬਾਬੂ, ਉਹ ਥੱਲੋਂ ਆਉਂਦੀਆਂ ਅਤੇ ਥੱਲੇ ਦੇਖੋ ਕਿੰਨਾ ਸੋਹਣਾ, ਥੱਲੇ ਦਿਖਾਇਓ ਕਿੰਨਾ ਸੋਹਣਾ। ਓ ਵਾਓ, ਰਹਿਣਾ ਰਜ਼ੋਈ ਨੇ ਇੱਥੇ? ਓ ਵਾਓ, ਸੋਹਣਾ ਨਾ ਜੋਈ। ਓਕੇ, ਮਾਮੂ ਵੀ ਆਉਂਦਾ? ਮਾਮੂ ਕਿੱਥੇ? ਮਾਮੂ ਪਿੱਛੇ ਰਹਿ ਗਿਆ, ਬਾਬੂ ਦਾ ਮਾਮੂ ਪਿੱਛੇ ਰਹਿ ਗਿਆ ਸੀਗਾ। ਉਹਦੇ ਥਾਰ ਇੱਕ ਹੋਰ ਆ ਗਈ ਜੋਈ। ਓ ਪੰਥਾਰ, ਵਾਓ। ਚਲੋ ਤੂੰ ਕਹਿ, ਮਿਲਦੇ ਹਾਂ ਜੀ ਅੱਗੇ ਬਲੌਗ 'ਚ, ਕਹਿ ਦਿਓ ਕਿ ਮਿਲਦੇ ਹਾਂ ਅੱਗੇ ਬਲੌਗ 'ਚ, ਬਣੇ ਰਹਿਣ ਤੱਕ। ਚੌਂਕ ਤੋਂ ਆਪਾਂ ਆ ਗਏ ਸੀਗੇ ਜੀ ਸਿੱਧਾ ਥੱਲੇ, ਉੱਥੇ ਮੈਂ ਲਾਸਟ ਟਾਈਮ ਪਾਰਕਿੰਗ ਲਾਈ ਸੀ, ਬਟ ਉੱਥੇ ਅੱਜ ਪਾਰਕਿੰਗ ਨਹੀਂ ਮਿਲੀ। ਅਤੇ ਹੁਣ ਕਹਿੰਦੇ ਜੀ ਗਾਂਧੀ ਚੌਂਕ ਤੋਂ ਲੈਫਟ ਲੈ ਕੇ ਥੱਲੇ, ਉੱਥੇ ਆ ਪਾਰਕਿੰਗ, ਇੱਕ ਦੇਖਦੇ ਹਾਂ ਖਾਲੀ ਆ ਕਿ ਨਹੀਂ ਖਾਲੀ। ਆਹੋ, ਇੱਥੇ ਹੋਟਲ ਬਹੁਤ ਵਧੀਆ ਹੈਗਾ ਉਹਦਾ। ਆ ਫਿਰ ਆਪਾਂ ਗਾਂਧੀ ਚੌਂਕ ਆ ਗਏ, ਅਤੇ ਇੱਥੋਂ ਹੁਣ ਆਪਾਂ ਉੱਧਰ ਜਾਵਾਂਗੇ ਬਾਈ। ਹੁਣੀ ਕਰੀ ਜਾਂਦੇ ਮਿਹਨਤ, ਲਾਈਟਾਂ ਜਾਗੀਆਂ ਅਤੇ ਸ਼ਹਿਰ 'ਚ ਰੌਣਕਾਂ ਲੱਗ ਗਈਆਂ। ਇਹੋ ਜਿਹੀ ਗੱਲਬਾਤ ਹੈ ਜੀ ਡਲਹੌਜੀ ਦੀ, ਅਤੇ ਗੱਡੀ ਆ ਗਈ ਅੱਗਿਓਂ, ਅਤੇ ਸਮੱਸਿਆ ਜਿਹੜੀ ਪਾਰਕਿੰਗ ਦੀ ਹੈ ਇੱਥੇ, ਇਹ ਬੜੀ ਹੈ ਯਾਰ। ਗੱਡੀਆਂ ਵੱਡੀਆਂ ਆ ਅਤੇ ਕੰਮ ਔਖਾ ਹੋ ਜਾਂਦਾ। ਫੜੂਲਾ ਭਾਅ ਜੀ, ਦਿੱਲੀ ਵਾਲੇ ਭਾਅ ਜੀ ਦਾ ਬਹੁਤ ਹੀ ਜ਼ਬਰਦਸਤ ਚਿਕਨ ਦਿੰਦੇ ਆ ਇੱਥੇ, ਇੱਕ ਨੰਬਰ ਗੱਲਬਾਤ। ਸ਼ੂਟਿੰਗ ਏਰੀਆ ਇੱਥੇ ਹੈ ਜੀ, ਕਿਆ ਬਾਤ ਹੈ। ਕਿੰਨੇ ਸਾਲਾਂ ਬਾਅਦ ਮਾਹੌਲ ਦੇਖਿਆ ਇਹ? 8 ਸਾਲ ਬਾਅਦ। ਚਲੋ, ਭੀੜ ਭੜੱਕਾ ਅਤੇ ਹਿੱਲ ਸਟੇਸ਼ਨ ਜ਼ਬਰਦਸਤ, ਇੱਕਦਮ ਹੀ ਹਨੇਰਾ ਪੈ ਗਿਆ ਉਹਦਾ। ਆ ਗਾਂਧੀ ਸਾਹਿਬ ਇਕੱਲੇ ਖੜੇ ਕੀਤੇ ਆ, ਚੱਲਦੇ ਹੀ ਆ ਭਾਅ ਜੀ। ਦੇਖੋ ਐਨ ਪੂਰੇ ਇੰਚਾਂ ਇੰਚਾਂ ਦੇ ਬਾਈ ਨੇ ਗੱਡੀ ਕੱਢ ਦਿੱਤੀ, ਫੈਨ ਬਾਈ ਮੂਸੇ ਵਾਲੇ ਦਾ ਹੀ ਆ। ਮਾਰਕੀਟ ਪੂਰੀ ਸਜੀ ਪਈ ਆ। ਓਲੇ, ਅਜਾ ਭਰਾਵਾ, ਇੰਨਾ ਸਮਾਨ ਕਿੱਥੋਂ ਲੈ ਕੇ ਜਾਣਾ ਸੀ? ਆਪ ਹੀ ਕੂਲੀ ਬਣੋ ਅਤੇ ਕੁਛ ਨਹੀਂ ਸਮਾਨ। ਮਿਲ ਗਈ ਆ ਫੁੱਲਾਂ ਵਾਲੀ ਰਜਾਈ, ਅਤੇ ਉੱਦਾਂ ਟੀ ਸ਼ਰਟ ਦੇ ਵਿੱਚ ਤਾਂ ਬਹੁਤ ਜ਼ਿਆਦਾ ਠੰਡ ਲੱਗਦੀ ਸੀ ਯਾਰ, ਅਤੇ ਪਰ ਭਾਅ ਜੀ ਕੂਲੀ ਕਾਲੀ ਹੈਗਾ ਕੋਈ ਕਿ ਨਹੀਂ? ਕੂਲੀ ਕੂਲੀ ਚਾਹੀਦਾ, ਬੁਲਾਇਓ ਯਾਰ ਕੂਲੀ ਨੂੰ।
ਚਾਨਣੀ ਅਤੇ ਰਾਤ ਮਹਿਰ ਮਾ ਇਹਨਾਂ ਸ਼ਹਿਰਾਂ ਲਈ ਬਣਿਆ ਆ। ਵੈਸੇ ਦੇਖੋ ਕਿੱਦਾਂ ਤਾਰਿਆਂ ਵਾਂਗੂ ਚਮਕਦਾ ਸ਼ਹਿਰ, ਸ਼ਹਿਰ ਕੀ ਯਾਰ, ਤਾਰੇ ਜ਼ਮੀਨ ਪਰ ਹੀ ਆ। ਇੱਧਰ ਇੱਧਰ ਫਸਿਆ ਸ਼ਹਿਰ ਡਲਹੌਜ਼ੀ, ਤੇਰਾ ਭਲਾ ਹੋ ਜਾਏ। ਓਏ ਹੋਏ ਹੋਏ, ਕਿਆ ਬਾਤ ਹੈ ਜੀ। ਬਾਈ ਨੇ ਪੂਰਾ ਸਮਾਨ ਚੱਕ ਲਿਆ ਸਾਡਾ, ਧੰਨਵਾਦ ਤੇਰਾ ਵੀਰ। ਲਓ ਜੀ, ਇਹ ਦੇਸ਼ ਹੈ ਮੇਰਾ। ਆਪਣੀ ਸੈਟਿੰਗ ਕਰਨ ਤਾਂ ਜੋਈ ਦੇਖੋ ਕਿੱਥੇ ਪੰਗੇ ਲੈਂਦਾ। ਇਹ ਕੀ ਕਰਦਾ ਤੂੰ, ਕਿੱਥੇ ਚੱਲਾਂ ਤੂੰ, ਤਾਂ ਕਿੱਥੇ ਜਾਣਾ? ਇੱਧਰ ਆ ਜਾ ਜਲਦੀ ਆ ਜਾ ਬਾਏ। ਮੈਂ ਥੋੜ੍ਹੀ ਚੱਲਾਂ, ਮੈਂ ਨਹੀਂ ਜਾਣਾ, ਤੁਸੀਂ ਇਕੱਲਿਆਂ ਨੇ ਜਾਣਾ। ਆ ਜਾਓ ਇੱਧਰ ਆ ਜਾਓ, ਬਾਏ ਰਸੋਈ, ਬਾਏ ਬਾਏ। ਓ ਬਹੂ, ਜੋਈ ਨੂੰ ਖਾ, ਜੋਈ ਨੂੰ ਖਾਊਗਾ ਬਹੂ। ਹਾਂ ਕੀ ਕਰਦੇ ਬਾਬੂ? ਓ ਉਹਦੇ ਬਹੂ ਹੈ, ਅਸੀਂ ਕੀ ਬਹੂ ਆ, ਇੱਥੇ ਆ ਬਹੂ ਆ ਨਾ, ਜੋਈ ਨੂੰ ਖਾਂਦਾ ਬਹੂ। ਹੋ ਕਿੰਨਾ ਸੋਹਣਾ ਸੋਹਣਾ ਨਾ ਬਹੂ, ਪਿੱਜ ਲੈਣਾ ਪਿਜਨ। ਪੁੱਤਰ ਕੀ ਕਰਦਾ ਸੀਗਾ? ਉਹ ਲੈਣਾ ਉਹਦੇ ਕੋਲ ਲੈਣਾ, ਇਹਨੂੰ ਨਾ ਆਖਾ ਜੋਈ ਛੋਟਾ ਬੀਬੀ ਆ। ਓ ਜੋਈ ਛੋਟਾ, ਉਹ ਦੇਖ ਉਹ ਕੀ ਕਰਦਾ, ਉਹ ਦੇਖ ਜੋਈ ਖਾਂਦਾ। ਚਲੀਏ ਹੋਰ ਕੋਈ ਪਲੇ, ਹੋਰ ਕੋਈ ਪਲੇ ਕਰਨਾ ਬਾਬੂ ਨੇ। ਫਰਾਈਜ਼ ਆਰਡਰ ਕਰਦਾ, ਫਰਾਈਜ਼ ਜੋਈ ਫਰਾਈ ਆਰਡਰ ਕਰਦਾ, ਫਰਾਈ ਕੀ ਆਰਡਰ ਕਰਦਾ ਬਾਬੂ? ਉਹ ਹੈਲੋ ਕਰਦੇ, ਚੱਲ ਬਈ ਹੈਲੋ ਕਰ ਦੋ। ਸਟਾਰਟ ਵਿੱਚ ਦੱਸਿਆ ਸੀ ਤੁਹਾਨੂੰ ਮੈਂ ਕਿ ਅਸੀਂ ਜਾ ਰਹੇ ਹਾਂ, ਇੱਕ ਸਰਪ੍ਰਾਈਜ਼ ਹੋਊਗਾ ਲਾਸਟ ਵਿੱਚ ਦੱਸਾਂਗੇ ਵੀਡੀਓ 'ਤੇ। ਅਸੀਂ ਆਏ ਹਾਂ ਜੀ ਪ੍ਰੀ ਵੈਡਿੰਗ ਸ਼ੂਟ 'ਤੇ, ਅਤੇ ਉਹ ਸ਼ੂਟ ਕਰ ਰਿਹਾ ਹੈ ਕਿ ਗੁਰਮੇਲ ਫੋਟੋਗ੍ਰਾਫੀ ਭੋਗਪੁਰ ਵਾਲੇ। ਆਹ ਪੂਰੀ ਟੀਮ ਹੈ ਜੀ ਉਹਨਾਂ ਦੀ, ਆਪਣੇ ਭੋਗਪੁਰ ਦੇ ਗੁਰਮੇਲ ਭਾਜੀ ਸਾਡੇ ਇਹ ਫੋਟੋਗ੍ਰਾਫੀ ਵਾਲੇ। ਇਹਨਾਂ ਦਾ ਇੱਕ ਸਟੋਰ ਹੈਗਾ ਪਟਨੂਰਾ, ਅਤੇ ਇੱਕ ਹੈਗਾ ਆਪਣੇ ਭੋਗਪੁਰ ਦਾ, ਚਲੋ ਸਾਡੇ ਗੁਆਂਢੀ ਹੈ ਇਹ। ਭਾਜੀ ਨੇ ਆਪਣੇ ਸਮੈਟਿਕ ਕੈਂਡ ਫੋਟੋਗ੍ਰਾਫੀ ਜਿਹੜੀ ਇਹਨਾਂ ਦੀ ਹੁੰਦੀ ਆ, ਇਹ ਭਾਜੀ ਹੈਗੇ ਜਿਹੜੇ ਕੈਂਡਿਡ ਵੀਡੀਓ ਫੋਟੋ ਦਾ, ਇਹ ਇਹਨਾਂ ਦੇ ਮੈਨੇਜਰ ਸਾਹਿਬ ਆ, ਜੇ ਕੋਈ ਗੱਲਬਾਤ ਹੋਵੇ ਤੁਸੀਂ ਇਹਨਾਂ ਕਰੋ। ਅਤੇ ਪ੍ਰੀ ਵੈਡਿੰਗ ਦਾ ਸ਼ੂਟ ਭਾਜੀ ਦੇ ਚੈਨਲ 'ਤੇ ਆਊਗਾ, ਗੁਰਮੇਲ ਸਟੂਡੀਓ, ਗੁਰਮੇਲ ਫੋਟੋਗ੍ਰਾਫੀ, ਗੁਰਮੇਲ ਫੋਟੋਗ੍ਰਾਫੀ 'ਤੇ। ਉੱਥੇ ਜਾ ਕੇ ਤੁਸੀਂ ਦੇਖ ਲਿਓ, ਦੇਖਦੇ ਤੁਹਾਨੂੰ ਦੱਸ ਦਾਂਗੇ ਕਦੋਂ ਅਪਡੇਟ ਹੋਊਗਾ ਉਹ। ਅਤੇ ਇਹ ਵਲੋਗ ਦੀ ਸਮਾਪਤੀ ਕਰਦੇ ਹਾਂ ਇੱਥੇ, ਅਤੇ ਜੇ ਤੁਸੀਂ ਪ੍ਰੀ ਵੈਡਿੰਗ ਵਾਲਾ ਤੁਸੀਂ ਸ਼ੂਟ ਦੇਖਣਾ ਚਾਹੁੰਦਾ, ਤੁਹਾਨੂੰ ਹਾਈਲਾਈਟਸ ਦਿਖਾਊਂਗਾ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਅਰਜ਼ੋਈ ਦੇਖੋ ਇੱਥੇ ਖੜੀ ਸੀਗੀ, ਅਤੇ ਉਹ ਉੱਪਰ ਚੜ ਗਈ, ਉਹ ਦੇਖੋ ਕਿੱਥੇ ਜਿਹੜੀ ਵੀ। ਬਾਬੂ ਇੱਧਰ ਆ, ਬਾਏ ਕਰਦੇ ਸਾਰਿਆਂ ਨੂੰ, ਬਾਏ। ਤੂੰ ਕਹਿ ਮਿਲਦੇ ਹਾਂ ਕਿਸੇ ਅਗਲੀ ਵੀਡੀਓ 'ਚ, ਮਿਲਦੇ ਹਾਂ ਅਗਲੀ ਵੀਡੀਓ 'ਚ, ਬਾਏ ਕਰਦੇ ਸਾਰਿਆਂ ਨੂੰ।